नानक कहता नानक कहता ए है बिचारा ए है बिचारा जो कमावे जो कमावे सो पार ग्रामी जो कमावे सो पार ग्रामी नानक कहता नानक कहता ए है बिचारा नानक कहता ए है बिचारा जो कमावे
जो कमावे सो पार गरमी जो कमावे सो पार गरमी नानक कहता हर बिने हर बिने अवर क्रिया बिरथे हर बिने अवर क्रिया जप तप संयम कर्म कमाने जप तप संयम कर्म कमाने औरे मुसे एह औरे मुसे नानक कहता नानक कहतो ए है बिचारा नानक कहतो ए है बिचारा वर्त नेम संजम बेरता वर्त नेम संजम बेरता आगे चलने और है भाई आगे चलने और है भाई कामना आया कामना आया
यह बिचारा नानक कह तो यह बिचारा तीर्थ ना अर धरनी परमता तीर्थ ना अर धरनी परमता आगे ठार न पावे आगे ठार न पावे चखावे
संगले झाख जुखावे नानक के तो नानक के तो यह बिचारा नानक आखे रे मना रे मना सुनिए सुनिए सिख सही जो कमावे जो कमावे सो पार गरमी नानक आखदा है ते नाल ही एक फैसला दिंदा है आखदा है मैं ये विचार दे रहा जड़ा भी इन विचारां दी कमाई करेगा भाव मन लेगा इन दे अनुसार चलेगा ओ पारले देश दा पारले ग्राम दा पारले घर दा ग्रामी हो जाएगा उन्नू वसों मिल जाएगी बड़ी आसान जी अर्थावली है ग्राम दा अर्थ हुंदा टिकाना घर ग्राम गांव पिंड नगरी बड़े नाम ने इसते मनुख नु एक मान भी हुंदा है अपने ग्राईं दा पिछले दिनां विच एक बाबा रामदास जी दा शब्द आया सी जिंदे विच उन्हें लफज वरते सन जो हम शहरी उनका मतलब भी ग्रामी ग्राई मेरे शहर दा वसन वाला तो मैं अर्ज की सी मनुख नू ग्राई होण दा भी मान हुंदा है इत्थे भी किस किस देश किस किस नगर तो लोग इकट्ठे होए ने
ਤੇ ਜੇ ਕਿਤੇ ਅਚਨਚੇਤ ਵੀ ਮਿਲ ਪੈਣ ਨਾ ਤੇ ਪਤਾ ਲੱਗ ਜਾਏ ਵੀ ਇਹ ਮੇਰੇ ਹੀ ਪਿੰਡ ਦਾ ਹੈ ਤਾਂ ਹਿਰਦੇ ਵਿੱਚ ਹੱਥ ਮਾਰਿਓ ਉਹਦੇ ਨਾਲ ਕੈਸਾ ਰਿਸ਼ਤਾ ਕਾਇਮ ਹੋ ਜਾਂਦਾ ਹੈ ਗ੍ਰਾਈਂ ਵੀ ਇੱਕ ਰਿਸ਼ਤਾ ਹੈ ਇੱਕ ਚਾਓ ਹੈ ਇਹ ਮੇਰਾ ਗ੍ਰਾਈਂ ਹੈ ਹੁਣ ਮਸਲਾ ਅੱਜ ਦੇ ਸ਼ਬਦ ਦਾ ਪਿਛਲੀ ਵਾਰ ਇੱਕ ਸ਼ਬਦ ਆਇਆ ਸੀ ਅਤੇ ਜਦੋਂ ਮੇਰੇ ਸਾਹਮਣੇ ਕੋਈ ਐਸਾ ਸਬਜੈਕਟ ਆ ਜਾਂਦਾ ਫਿਰ ਦਰਵਾਜ਼ੇ ਖੁੱਲ੍ਹਦੇ ਨੇ ਫਿਰ ਦਿਲ ਕਰਦਾ ਵੀ ਨਹੀਂ ਆਹ ਵੀ ਸੋਚ ਲਈਏ ਆਹ ਵੀ ਵਿਚਾਰ ਲਈਏ ਆਹ ਵੀ ਵਿਚਾਰ ਬੜੇ ਰਾਹ ਖੁੱਲ੍ਹ ਜਾਂਦੇ ਨੇ ਅਤੇ ਮੈਨੂੰ ਇਉਂ ਦਿਸਦਾ ਪਿਛਲੀ ਵਾਰ ਦੇ ਸਬਜੈਕਟ ਤੋਂ ਸਾਨੂੰ ਸਮਝਦਿਆਂ ਹੋ ਸਕਦਾ ਆਉਣ ਵਾਲੇ ਵੀ ਇੱਕ ਦੋ ਹਫ਼ਤੇ ਲੱਗ ਜਾਣ ਪਿਛਲੀ ਵਾਰ ਸ਼ਬਦ ਦੀ ਇੱਕ ਲਾਈਨ ਸੀ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦੁਆਰੇ ਮੁੱਖ ਟੇਕ ਸੀ ਅਤੇ ਮਸਲਾ ਸੀ ਕਿ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ ਸੋਭਾ ਇੱਥੇ ਵੀ ਹੁੰਦੀ ਹੈ ਸੋਭਾ ਉੱਥੇ ਵੀ ਹੁੰਦੀ ਹੈ ਮਸਲਾ ਸੀ ਸੋਭਾ ਇੱਥੋਂ ਦੀ ਖਰੀਦੀ ਜਾ ਸਕਦੀ ਹੈ ਅਤੇ ਮਨੁੱਖ ਜ਼ਿੰਦਗੀ ਜੀਵਨ ਭਰ ਇੱਥੋਂ ਦੀ ਸੋਭਾ ਖਰੀਦਦਾ ਰਹਿੰਦਾ ਹੈ ਉੱਥੇ ਹੀ ਖਰਚ ਕਰਦਾ ਹੈ ਜਿੱਥੇ ਬਦਲੇ ਵਿੱਚ ਸੋਭਾ ਮਿਲੇ ਪਰ ਇੱਕ ਖਿਆਲ ਕਰਿਓ ਜਿਹੜੀ ਸੋਭਾ ਉਸ ਦੁਆਰ ਵਿੱਚੋਂ ਮਿਲਦੀ ਹੈ ਨਾ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦੁਆਰੇ ਪਾਰ ਬ੍ਰਹਮ ਦੇ ਦੁਆਰ ਵਿੱਚੋਂ ਮਿਲਦੀ ਹੈ ਉਹ ਸੋਭਾ ਮੁੱਲ ਨਹੀਂ ਵਿਕਦੀ ਲਓ ਆਪਾਂ ਕੁਛ ਹਫ਼ਤੇ ਇਹਦੇ ਦੁਆਰੇ ਬਿਤਾਵਾਂਗੇ ਸਮਝਾਂਗੇ ਹਰ ਪੱਖ ਨੂੰ ਬਹੁਤ ਸਾਰੇ ਪੱਖ ਹੁੰਦੇ ਨੇ ਹਰ ਸਬਜੈਕਟ ਦੇ ਜਿਹਨੂੰ ਸਮਝ ਲੈਣਾ ਹੋਰ ਸਵਾਦ ਆਉਂਦਾ ਪਾਰ ਬ੍ਰਹਮ ਦੇ ਦੁਆਰ ਦੀ ਸੋਭਾ ਵੱਖਰੀ ਹੈ ਉਹ ਵਿਕਦੀ ਨਹੀਂ ਉਹਦਾ ਮੁੱਲ ਕੋਈ ਨਹੀਂ ਸੰਸਾਰ ਦੀ ਸੋਭਾ ਜਿਹੜੀ ਹੈ ਮੁੱਲ ਵਿਕਦੀ ਹੈ ਪਰ ਜਿਹੜੀ ਮੁੱਲ ਮਾਇਆ ਨਾਲ ਵਿਕ ਕੇ ਖਰੀਦ ਕੇ ਲਈ ਜਾਏ ਉਹ ਸੋਭਾ ਬਹੁਤੀ ਦੇਰ ਨਿਭਦੀ ਨਹੀਂ ਇਹੋ ਕਾਰਨ ਹੈ ਪਾਰ ਬ੍ਰਹਮ ਦੇ ਦੁਆਰ ਜਾਣ ਵਾਲੇ ਮਨੁੱਖ ਨੂੰ ਇੱਥੋਂ ਦੀ ਸੋਭਾ ਇੱਥੇ ਹੀ ਰਹਿ ਜਾਂਦੀ ਫੈਸਲਾ ਬਾਣੀ ਦਾ ਹਰ ਇੱਕ ਗੱਲ ਵਿੱਚ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਕਹਿੰਦੇ ਨੇ ਇਸ ਜੱਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋਭ ਨਾ ਹੋਏ ਅਗਲੀ ਲਾਈਨ ਪੜ੍ਹੋ ਕਹਿੰਦੇ ਨੇ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਕਿਉਂਕਿ ਮੁੱਲ ਵਿਕੀ ਹੋਈ ਹੈ ਅੱਜ ਇੱਕ ਨੇ ਖਰੀਦੀ ਹੈ ਕੱਲ੍ਹ ਨੂੰ ਕੋਈ ਇੱਦੋਂ ਅਮੀਰ ਆ ਜਾਏਗਾ ਉਹ ਖਰੀਦ ਲਏਗਾ ਜਿਹੜੀ ਮੁੱਲ ਵਿਕਦੀ ਚੀਜ਼ ਹੈ ਉਹ ਕਿਸੇ ਇੱਕ ਦੀ ਨਹੀਂ ਹੁੰਦੀ ਉਹ ਜਿਹੜਾ ਖਰੀਦਦਾਰ ਜ਼ਿਆਦਾ ਪੇ ਕਰ ਸਕਦਾ ਹੋਵੇ ਉਸੇ ਦੀ ਹੋ ਜਾਂਦੀ ਹੈ ਮੁੱਲ ਜੋ ਵਿਕਣੀ ਹੈ ਅੱਜ ਦਾ ਜੀਵਨ ਵੀ ਐਸਾ ਹੀ ਹੈ ਇਹਦੇ 'ਤੇ ਭਰੋਸਾ ਨਾ ਕਰੋ ਇਹਦੀ ਅਤੇ ਵਿਸ਼ਵਾਸ ਨਾ ਕਰੋ ਇਸਦੀ ਕਿਸੇ ਕਿਸਮ ਦੀ ਵਫਾਦਾਰੀ 'ਤੇ ਵੀ ਭਰੋਸਾ ਨਹੀਂ ਪਤਾ ਨਹੀਂ ਅਗਲੇ ਪਾਲੇ ਨੇ ਕਿਸ ਦਾ ਵਫਾਦਾਰ ਹੋ ਜਾਣਾ ਕਿਉਂਕਿ ਮਾਇਆ ਦੀ ਸੋਭਾ ਹੈ ਨਾ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਣ ਦੀ ਬਿਲਮ ਨਾ ਹੋਏ
ਪਿਛਲੀ ਵਾਰ ਦਾ ਮਸਲਾ ਸੀ। ਹੁਣ ਗੁਰੂ ਨਾਨਕ ਆਖਦੇ ਨੇ, ਕਹਿੰਦੇ ਨੇ ਜੇ ਇੱਥੋਂ ਦੀ ਸੋਭਾ ਅਤੇ ਉੱਥੋਂ ਦੀ ਸੋਭਾ ਵਿੱਚ ਫਰਕ ਹੈ, ਇੱਥੋਂ ਦੀ ਸੋਭਾ ਛੱਡ ਦੇ ਉੱਥੋਂ ਦੀ ਲੈ, ਤਾਂ ਇਹਦਾ ਮਤਲਬ ਇੱਥੋਂ ਅਤੇ ਉੱਥੋਂ ਵਿੱਚ ਵੀ ਫਰਕ ਹੈ। ਇਹਨਾਂ ਦੋਵਾਂ ਵਿੱਚਾਂ ਦਾ ਨਾਮ ਕੀ ਹੈ, ਇੱਥੋਂ ਦਾ ਨਾਮ ਕੀ ਹੈ, ਉੱਥੋਂ ਦਾ ਨਾਮ ਕੀ ਹੈ? ਗੁਰਬਾਣੀ ਨੇ ਕਿਸੇ ਗੱਲ ਦਾ ਉਹਲਾ ਨਹੀਂ ਰੱਖਿਆ। ਕਹਿੰਦੇ ਨੇ ਇੱਥੋਂ ਦਾ ਨਾਮ ਹੈ ਦੁਨੀਆ, ਇਸ ਲਈ ਕਹਿ ਦਿੱਤਾ ਦੁਨੀਆ ਕੀ ਵਡਿਆਈਆਂ ਅੱਗੇ ਸੇਤੀ ਜਾ ਰਹੇ। ਇੱਥੋਂ ਦੀ ਹਰ ਸੋਭਾ ਵਿਕਦੀ ਹੈ, ਇਸ ਦਾ ਨਾਮ ਹੈ ਦੁਨੀਆ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਬਤ ਤੋਂ, ਇੱਥੇ ਤਾਂ ਹਮੇਸ਼ਾ ਖਤਰਾ ਹੀ ਖਤਰਾ ਹੈ। ਕਹਿਣ ਲੱਗੇ ਜਿਸ ਦੀ ਸ਼ੋਭਾ ਦੀ ਮੈਂ ਗੱਲ ਕਰਨਾ, ਉਸ ਦਾ ਨਾਮ ਹੈ ਦੀਨ। ਇੱਕ ਦੁਨੀਆ ਇੱਕ ਦੀਨ ਹੈ। ਪਰ ਕਹਿਣ ਲੱਗੇ ਮੈਂ ਦੇਖਦਾ ਕਿ ਉਹ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਇੱਥੋਂ ਦੀ ਵਫਾਦਾਰੀ ਕੋਈ ਨਹੀਂ ਸੀ, ਜਿਹਨੇ ਖਰੀਦ ਲਈ ਦੁਨੀਆ ਉਸੇ ਦੀ ਹੈ। ਅੱਜ ਦੁਨੀਆ ਮੇਰੀ ਹੈ, ਕੱਲ੍ਹ ਦੁਨੀਆ ਦੂਜੇ ਦੀ ਹੈ। ਦੁਨੀਆ ਹਮੇਸ਼ਾ ਕਦੀ ਕਿਸੇ ਦੀ ਨਹੀਂ ਰਹਿੰਦੀ, ਕਿਉਂਕਿ ਇਹਦੇ ਖਰੀਦਦਾਰ ਵੀ ਬਦਲਦੇ ਨੇ, ਇਹਦੀਆਂ ਕੀਮਤਾਂ ਵੀ ਬਦਲਦੀਆਂ ਨੇ। ਤੁਸੀਂ ਰੋਜ਼ਾਨਾ ਜੀਵਨ ਵਿੱਚ ਦੇਖੋਗੇ ਦੁਨੀਆ ਦੀਆਂ ਕੀਮਤਾਂ ਬਦਲ ਰਹੀਆਂ ਨੇ। ਜਿਹੜੀਆਂ ਵੈਲਿਊਜ਼ ਰਿਸ਼ਤਿਆਂ ਦੀਆਂ, ਪਿਆਰ ਦੀਆਂ, ਹਮਦਰਦੀ ਦੀਆਂ, ਅੱਜ ਤੋਂ 50 ਸਾਲ ਪਹਿਲਾਂ ਦੀਆਂ ਸਨ, ਹੁਣ ਉਹ ਨਹੀਂ। ਕੀਮਤਾਂ ਬਦਲ ਗਈਆਂ, ਵੈਲਿਊਜ਼ ਬਦਲ ਗਈਆਂ, ਬਦਲਦੀਆਂ ਨੇ। ਇਸ ਲਈ ਗੁਰੂ ਨੇ ਆਖਿਆ, ਕਹਿਣ ਲੱਗੇ ਦੀਨ ਅਤੇ ਦੁਨੀਆ ਦੋਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੋਨੋਂ ਵੱਖਰੇ ਵੱਖਰੇ ਦੇਸ਼ ਨੇ, ਇਉਂ ਹੀ ਨੇ ਜਿਵੇਂ ਦੋ ਦੇਸ਼ ਹੋਣ। ਅਤੇ ਕਿਸੇ ਵੀ ਦੂਜੇ ਦੇਸ਼ ਵਿੱਚ ਜਾਣਾ ਹੋਵੇ ਸੋਭਾ ਲੈਣ ਵਾਸਤੇ, ਤਾਂ ਉੱਥੋਂ ਦੇ ਆਚਰਨ, ਉੱਥੋਂ ਦੇ ਸੰਵਿਧਾਨ, ਉੱਥੋਂ ਦੀ ਕਰੰਸੀ, ਉੱਥੋਂ ਦੇ ਨਿਯਮ ਸਭ ਕੁਝ ਸਮਝਣੇ ਪੈਂਦੇ ਨੇ ਨਾ। ਬਿਨਾਂ ਸਮਝਣ ਦੇ ਇੱਥੇ ਹੀ ਆਉਣਾ ਹੋਵੇ, ਬਹੁਤ ਚਲ ਪਹਿਲਾਂ ਪੜ੍ਹਨਾ ਪੈਂਦਾ। ਜਦੋਂ ਇੱਥੋਂ ਦੀ ਸਿਟੀਜ਼ਨਸ਼ਿਪ ਲੈਣੀ ਹੋਵੇ ਤਾਂ ਬੜੇ ਵੱਡਾ ਇੱਕ ਪਲੰਦਾ ਮਿਲ ਜਾਂਦਾ, ਇਹਨੂੰ ਪੜ੍ਹ ਲਓ ਚੰਗੀ ਤਰ੍ਹਾਂ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਇੱਥੋਂ ਦੇ ਨਿਯਮ ਕੀ ਨੇ। ਅਤੇ ਗੁਰੂ ਨੇ ਆਖਿਆ ਜੇ ਦੀਨ ਅਤੇ ਦੁਨੀਆ ਦਾ ਦੋ ਰਾਹ ਹੈ, ਦੋ ਦੇਸ਼ ਨੇ, ਤੂੰ ਦੁਨੀਆ ਦੀਆਂ ਵਡਿਆਈਆਂ ਜਲਾ ਕੇ ਦੀਨ ਦੀ ਵਡਿਆਈ ਲੈਣਾ ਚਾਹੁੰਦਾ, ਇੱਥੇ ਆਉਣਾ ਚਾਹੁੰਦਾ, ਇੱਥੋਂ ਦਾ ਗ੍ਰਾਮੀ ਬਣਨਾ ਚਾਹੁੰਦਾ, ਜੋ ਕਮਾਵੇ ਸੋ ਪਾਰ ਗ੍ਰਾਮੀ, ਇੱਥੋਂ ਦਾ ਗ੍ਰਾਈ ਬਣਨਾ ਚਾਹੁੰਦਾ, ਤਾਂ ਤੈਨੂੰ ਬਹੁਤ ਜ਼ਰੂਰੀ ਹੋਵੇਗਾ ਇੱਥੋਂ ਦੀ ਸਿਟੀਜ਼ਨਸ਼ਿਪ ਲੈਣ ਲਈ, ਇੱਥੋਂ ਦਾ ਗ੍ਰਹਿ ਲਈ ਤੂੰ ਪੜ੍ਹ ਲਵੇਂ ਦੀਨ ਕੀ ਹੁੰਦਾ। ਪਰ ਤੂੰ ਤਾਂ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਹੁਣ ਦੋਹਾਂ ਦਾ ਜੋ ਅੰਤਰ ਹੈ, ਦੋਹਾਂ ਦੀ ਕਰੰਸੀ ਵੱਖਰੀ ਵੱਖਰੀ ਹੈ, ਦੋਹਾਂ ਦੇ ਨਿਯਮ ਵੱਖਰੇ ਵੱਖਰੇ ਨੇ, ਤੂੰ ਨਿਯਮ ਇੱਥੋਂ ਦੇ ਪਾਲ ਰਿਹਾ ਕਿਉਂਕਿ ਤੂੰ ਇੱਥੇ ਰਹਿਣਾ ਹੈ, ਪਰ ਗੱਲਾਂ ਤੂੰ ਅਗਲੀਆਂ ਕਰਨਾ, ਧਰਮ ਦੀਆਂ ਕਰਨਾ, ਧਰਮੀ ਬਣਨਾ ਚਾਹੁੰਦਾ, ਮਾਲਕ ਦੇ ਦਰ ਦਾ ਗ੍ਰਾਮੀ ਬਣਨਾ ਚਾਹੁੰਦਾ, ਉਹਦਾ ਗ੍ਰਾਹੀ ਹੋਣਾ ਚਾਹੁੰਦਾ, ਪਰ ਰਹਿੰਦਾ ਤੂੰ ਇੱਥੋਂ ਤਰ੍ਹਾਂ ਹੈ। ਲਓ ਜਿਹੜਾ ਇੱਥੋਂ ਦਾ ਅਤੇ ਉੱਥੋਂ ਦਾ ਫਰਕ ਹੈ ਨਾ, ਉਹ ਗੁਰੂ ਨਾਨਕ ਅੱਜ ਇਸ ਸ਼ਬਦ ਦੁਆਰਾ ਸਮਝਾ ਰਹੇ ਨੇ। ਲਓ ਇੰਨੇ ਸਰਲ ਤਰੀਕੇ ਨਾਲ ਸਮਝਾਉਣ ਤੋਂ ਬਾਅਦ ਵੀ ਆਪਣੇ ਆਪ ਵਿੱਚ ਅਸੀਂ ਨਿਗਾਹ ਮਾਰੀਏ ਵੀ ਅਸੀਂ ਗੁਰੂ ਨਾਨਕ ਦੀ ਉਹ ਗੱਲ ਜਿਹੜੀ ਅੱਜ ਸਮਝਾ ਰਿਹਾ ਯਾਦ ਰੱਖੀ ਹੋਈ ਹੈ।
ਲਓ ਹੁਣ ਉਹ ਸ਼ਬਦ ਪੜ੍ਹ ਲਓ। ਨਾਨਕ ਕਹਿ ਤੋ ਇਹ ਵਿਚਾਰਾ ਕਿੰਨੇ ਸਪਸ਼ਟ ਲਫ਼ਜ਼ ਨੇ। ਗੁਰੂ ਨਾਨਕ ਵਿਚਾਰ ਕਹਿੰਦਾ ਤੇ ਜਿਹੜਾ ਕਮਾਉਂਦਾ ਭਾਵ ਉਸ ਅਨੁਸਾਰ ਉੱਥੋਂ ਦੇ ਨਿਯਮ ਪਾਲਦਾ ਉਹ ਉਸਦਾ ਗ੍ਰਾਮੀ ਪਾਰ ਦਾ ਗ੍ਰਾਮੀ ਹੋ ਸਕਦਾ ਕਿਉਂਕਿ ਰੱਬ ਪਾਰ ਰਹਿੰਦਾ। ਆ ਗੁਰਬਾਣੀ ਵਿੱਚੋਂ ਹਰ ਗੱਲ ਦਾ ਜਵਾਬ ਅੱਬੇ ਅੱਗੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਸਤਿਗੁਰੂ ਨੇ ਆਖਿਆ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ। ਉਹ ਪਾਰ ਕੌਣ ਹੈ? ਕਹਿੰਦੇ ਤੋਂ ਪਾਰ ਹੋਣਾ, ਭਰਮਾਂ ਤੋਂ ਪਾਰ ਹੋਣਾ, ਕਹਿੰਦੇ ਤੋਂ ਪਾਰ ਹੋਣਾ, ਹਉਮੈ ਤੋਂ ਪਾਰ ਹੋਣਾ, ਹਉ ਹਉ ਭੀਤ ਭਇਓ ਹੈ ਵਿੱਚੋਂ। ਮੇਰੇ ਅਤੇ ਉਹਦੇ ਦਰਮਿਆਨ ਵਿੱਚ ਹੌ ਹੌ ਦੀ ਇੱਕ ਭੀਤ ਦੀਵਾਰ ਬਣ ਚੁੱਕੀ ਹੈ, ਉਹ ਪਾਰ ਕਰਨੀ ਹੈ। ਜੋ ਕਮਾਵੇ ਸੋ ਪਾਰ ਗ੍ਰਾਮੀ, ਉਹ ਪਾਰ ਰਹਿੰਦਾ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾ ਹੋਵੇ। ਪਾਰ ਗ੍ਰਾਮੀ ਹੋਣ ਵਾਸਤੇ ਉਹਦਾ ਗ੍ਰਾਈ ਬਣਨ ਵਾਸਤੇ ਤਾਂ ਕਿ ਤੈਨੂੰ ਇੱਕ ਫਖਰ ਹੋਵੇ ਜਿੱਥੇ ਮੇਰਾ ਰੱਬ ਰਹਿੰਦਾ ਹੈ ਉੱਥੇ ਹੀ ਮੈਂ ਰਹਿੰਦਾ। ਨਾ ਉਮਰਤਾ ਨਾ ਹਮ ਡਰਿਆ ਨਾ ਉਹ ਬਿਨਸੇ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਕੋ ਦੁੱਖ। ਇਹ ਗ੍ਰਾਈ ਦੀ ਨਿਸ਼ਾਨੀ ਹੈ ਨਾ। ਮੇਰੇ ਰੱਬ ਦਾ ਜਿਹੋ ਜਿਹਾ ਆਚਰਨ ਹੈ, ਮੇਰੇ ਰੱਬ ਦਾ ਜਿਹੋ ਜਿਹਾ ਘਰ ਹੈ, ਜੇ ਉੱਥੇ ਮੌਤ ਨਹੀਂ ਆਉਂਦੀ ਮੈਨੂੰ ਵੀ ਮੌਤ ਨਹੀਂ, ਮੈਂ ਵੀ ਮਰਨ ਤੋਂ ਨਹੀਂ ਡਰਦਾ। ਜੇ ਉਹਦੇ ਘਰ ਵਿੱਚ ਕੋਈ ਥੁੜ ਨਹੀਂ ਆਉਂਦੀ ਤਾਂ ਮੈਨੂੰ ਵੀ ਕਦੀ ਥੁੜ ਮਹਿਸੂਸ ਨਹੀਂ ਹੋਈ। ਜੇ ਉਹ ਕਿਸੇ ਦਾ ਗੁਲਾਮ ਮੁਹਤਾਜ ਨਹੀਂ ਤਾਂ ਮੈਂ ਵੀ ਕਿਸੇ ਦਾ ਗੁਲਾਮ ਮੁਹਤਾਜ ਨਹੀਂ। ਇਹ ਬਿਰਤੀ ਅਵਸਥਾ ਇੱਕ ਵੱਖਰਾ ਘਰ ਹੈ। ਮੈਂ ਹੈਰਾਨ ਹੁੰਦਾ ਬਾਣੀ ਵਿੱਚੋਂ ਕੈਸੇ ਕੈਸੇ ਸਬਜੈਕਟ ਮਿਲ ਜਾਂਦੇ ਨੇ। ਕਹਿੰਦੇ ਨੇ ਨਾਨਕ ਕਹਿ ਤੋ ਇਹ ਵਿਚਾਰਾ ਜੋ ਕਮਾਵੇ ਸੋ ਪਾਰ ਗਰਾਮੀ। ਉਹ ਪਾਰ ਦਾ ਅਪਾਰ ਪ੍ਰੀਤਮ ਦੇ ਗ੍ਰਾਂ ਦਾ ਗ੍ਰਾਈ ਹੋ ਜਾਂਦਾ ਹੈ। ਹੁਣ ਮਸਲਾ ਜੀ ਕੀ ਕਮਾਵੇ, ਨਾਨਕ ਕੀ ਵਿਚਾਰ ਦਿੰਦਾ। ਹੁਣ ਸੋਚਿਓ ਉਹ ਵਿਚਾਰ ਭਲਾ ਅਸੀਂ ਗ੍ਰਹਿਣ ਕੀਤੇ ਹੋਏ ਨੇ। ਲਓ ਲਿਸਟ ਆਪਾਂ ਉਹ ਯਾਦ ਕਰਨੀ ਹੈ ਜਿਹੜੀ ਗੁਰੂ ਨਾਨਕ ਨੇ ਪਾਰ ਗ੍ਰਾਈ ਹੋਣ ਵਾਸਤੇ ਆਖੀ ਹੈ। ਗੁਰੂ ਕਹਿੰਦੇ ਨੇ ਹਰ ਬਿਨ ਅਵਰ ਕਿਰਿਆ ਬਿਰਥੇ। ਲਓ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ। ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ। ਬਿਨਾਂ ਰੱਬ ਦੇ ਯਾਦ ਦੇ ਬਿਨਾਂ ਹੁੰਦੇ ਸੰਬੰਧ ਦੇ ਬਾਕੀ ਜਿੰਨੇ ਕੰਮ ਕੀਤੇ ਹੋਏ ਨੇ ਧਰਮ ਦੇ ਨਾਮ ਥੱਲੇ ਉਹ ਸਾਰੇ ਬੇਅਰਥ ਨੇ। ਲਿਸਟ ਬਣਾਈ ਚੱਲੇ ਉਹ ਅਸੀਂ ਕਿਹੜੇ ਕਿਹੜੇ ਕੰਮ ਕਰਨੇ ਆ। ਹਰ ਬਿਨ ਅਵਰ ਕਿਰਿਆ ਬਿਰਥ ਹੈ, ਉਹਨਾਂ ਵਿੱਚ ਹੈ ਜਪ ਤਪ ਸੰਜਮ ਇਹ ਕਰਮ ਕਰਨੇ। ਹੁਣ ਕੀ ਅਸੀਂ ਜਪ ਨੂੰ ਇੱਕ ਆਪਣਾ ਧਰਮ ਕਰਮ ਨਹੀਂ ਸਮਝ ਲਿਆ? ਬੂਹ ਤੋਂ ਵਾਹਿਗੁਰੂ ਕਰੀ ਚੱਲੋ, ਦੋ ਚਾਰ ਛੇ ਘੰਟੇ ਕਰੀ ਚੱਲੋ, ਅਸੀਂ ਜਪ ਰਹੇ ਹਾਂ। ਅਤੇ ਗੁਰੂ ਨੇ ਪਹਿਲਾਂ ਸਭ ਤੋਂ ਇਹ ਸਮਝਾਇਆ ਤੈਨੂੰ ਇਹ ਛੱਡਣਾ ਪਏਗਾ, ਇਹ ਓਰੇ ਮੂਸੇ ਇਹ ਤਾਂ ਰਾਹ ਵਿੱਚ ਹੀ ਖਤਮ ਹੋ ਜਾਣਗੇ, ਤੇਰੇ ਨਾਲ ਨਹੀਂ ਜਾਣਗੇ। ਮੈਂ ਹੈਰਾਨ ਹਾਂ
ਇੰਨੇ ਸਪਸ਼ਟ ਲਫਜ਼ ਨੇ ਜੇ ਤਾਂ ਗੁਰੂ ਦੀ ਬਾਣੀ ਜੇ ਗੁਰੂ ਦੇ ਸ਼ਬਦ ਗੁਰੂ ਦਾ ਕਿਹਾ ਹੋਇਆ ਮੰਨੀਏ ਤਾਂ ਸਾਨੂੰ ਸਿਰਫ ਮੂੰਹੋਂ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਲਾਭ ਨਹੀਂ, ਹਿਰਦੇ ਵਿੱਚ ਵਾਹਿਗੁਰੂ ਸਮਾਉਣ ਦਾ ਮਸਲਾ ਹੈ। ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਨਾਨਕ ਜਿਨਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਫੈਸਲੇ ਬਾਣੀ ਦੇ ਨੇ। ਤਪ ਇਹੋ ਜਿਹੇ ਤਪ ਕਰਨੇ, ਤੂਣੀਆਂ ਤਪਣੀਆਂ, ਪੁੱਠੇ ਲਟਕਣਾ, ਗੁਰੂ ਕਹਿੰਦੇ ਨੇ ਇਹ ਵੀ ਪ੍ਰਵਾਨ ਨੇ, ਇਹ ਉਰੇ ਮੂਸੇ। ਆਪਣੇ ਆਪ ਨੂੰ ਅਨੇਕਾਂ ਬੰਧਨਾਂ ਵਿੱਚ ਪਾਉਣਾ ਇਹ ਵੀ ਨਹੀਂ। ਕਿੱਡਾ ਸਰਲ ਜੀਵਨ ਹੋ ਜਾਏਗਾ ਜੇ ਭਲਾ ਅਸੀਂ ਗੁਰੂ ਨਾਨਕ ਦੀ ਇਸ ਗੱਲ ਨੂੰ ਮੰਨ ਲਈਏ, ਇਹ ਉਰੇ ਮੂਸੇ। ਫਿਰ ਅਗਲੇ ਪਾਸੇ ਕਹਿੰਦੇ ਨੇ ਵਰਤ, ਵਰਤ ਰੱਖਣੇ। ਵਰਤ ਨੇਮ ਸੰਜਮ ਮੈਂ ਰਹਿਤਾ, ਕੋਈ ਨੇਮ ਬਣਾ ਲੈਣਾ ਅਤੇ ਉਸ ਨੇਮ ਨੂੰ ਹੀ ਧਰਮ ਸਮਝ ਲੈਣਾ। ਕੋਈ ਸੰਜਮ ਬਣਾ ਲੈਣਾ ਕਿ ਮੈਂ ਇਸ ਚੀਜ਼ ਤੋਂ ਪਰਹੇਜ਼ ਕਰਨਾ ਅਤੇ ਉਸ ਪਰਹੇਜ਼ ਨੂੰ ਹੀ ਧਰਮ ਸਮਝ ਲੈਣਾ। ਕੋਈ ਪੁਰਾਤਨ ਮੈਂ ਅੰਦਰ ਇੱਕ ਕਹਾਵਤ ਬਣ ਗਈ ਸੀ, ਮੈਂ ਫਲਾਣੇ ਤੀਰਥ 'ਤੇ ਗਿਆ ਉੱਥੇ ਆਹ ਚੀਜ਼ ਛੱਡ ਕੇ ਆਇਆ। ਵਰਤ ਨੇਮ ਸੰਜਮ ਮੈਂ ਰਹਿਤਾ, ਤਿੰਨ ਕਾਢ ਨਾ ਪਾਇਆ। ਫੈਸਲਾ ਬਾਣੀ ਦਾ ਹੈ, ਮੇਰਾ ਨਹੀਂ। ਅੱਜ ਇੱਕ ਐਸਾ ਸਬਜੈਕਟ ਹੈ, ਹੋ ਸਕਦਾ ਕਿਸੇ ਨੂੰ ਨਾ ਵੀ ਚੰਗਾ ਲੱਗੇ, ਪਰ ਮੇਰਾ ਨਹੀਂ। ਫੈਸਲਾ ਗੁਰਬਾਣੀ ਦੇ ਨੇ। ਵਰਤ ਨੇਮ ਸੰਜਮ ਮੈਂ ਰਹਿਤਾ, ਭਲਾ ਕਿੱਡਾ ਸੁਖੀ ਜੀਵਨ ਹੋ ਜਾਏਗਾ ਜੇ ਭਲਾ ਅਸੀਂ ਗੁਰੂ ਨਾਨਕ ਦੀ ਇਹ ਗੱਲ ਮੰਨ ਲਈਏ। ਵਰਤ ਨੇਮ ਸੰਜਮ ਮੈਂ ਰਹਿਤਾ, ਵਰਤ ਰੱਖਣੇ, ਸੰਜਮ ਵਿੱਚ ਰਹਿਣਾ, ਨੇਮ ਬਣਾ ਲੈਣੇ, ਮੈਂ ਇੱਥੇ ਜਾਣਾ ਇੱਥੇ ਨਹੀਂ ਜਾਣਾ। ਵਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆਢ ਨਾ ਪਾਇਆ। ਇਹਨ ਤਾਂ ਅੱਡੀ ਅੱਧੀ ਕੌਡੀ ਜਿੰਨਾ ਮੁੱਲ ਨਹੀਂ, ਗੁਰੂ ਨਾਨਕ ਕਹਿੰਦਾ। ਅਗਲੇ ਪਾਸੇ ਕਹਿੰਦੇ ਨੇ ਅੱਗੇ ਚੱਲਣਾ ਔਰ ਹੈ ਭਾਈ, ਊਹਾਂ ਕਾਮ ਨਾ ਆਇਆ। ਜਿਸ ਥਾਂ 'ਤੇ ਜਿਸਦਾ ਗ੍ਰਾਹੀ ਹੋਣ ਲਈ, ਜਿਸ ਦੇ ਘਰ ਵਿੱਚ ਜਾਣ ਲਈ ਗੱਲ ਕਰਦਾ ਨਾ, ਤੂੰ ਤਾਂ ਪਰਦੇਸੀ ਹੈ। ਜਿੱਥੇ ਜਾਣ ਦੀ ਗੱਲ ਕਰਨਾ ਉੱਥੇ ਤਾਂ ਇਹਦੀ ਕੀਮਤ ਹੀ ਕੋਈ ਨਹੀਂ, ਉੱਥੋਂ ਦੇ ਤਾਂ ਨਿਯਮ ਸਿਧਾਂਤ ਹੀ ਹੋਰ ਨੇ। ਅੱਗੇ ਚੱਲਣ ਔਰ ਹੈ ਭਾਈ। ਚੱਲਣ ਕਹਿੰਦੇ ਨੇ ਰਹਿਣ ਸਹਿਣ ਜੀਵਨ ਦੀ ਜੁਗਤ ਨੂੰ, ਚਾਲ ਚੱਲਣ ਜਿਹਨੂੰ ਆਪਾਂ ਕਹਿੰਦੇ ਹਾਂ। ਅੱਗੇ ਚੱਲਣ ਔਰ ਹੈ ਭਾਈ, ਊਹਾਂ ਕੰਮ ਨਾ ਆਇਆ। ਉੱਥੇ ਕੰਮ ਨਹੀਂ ਆਉਣੇ, ਨਾ ਵਰਤ ਕੀਤੇ ਰੱਖੇ ਹੋਏ, ਨਾ ਨੇਮ ਸੰਜਮ ਰਹਿ ਕੇ ਰੱਖੇ ਹੋਏ। ਫੈਸਲੇ ਬਾਣੀ ਦੇ ਨੇ। ਵਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆਢ ਨਾ ਪਾਇਆ। ਅੱਗੇ ਚੱਲਣ ਔਰ ਹੈ ਭਾਈ, ਊਹਾਂ ਕੰਮ ਨਾ ਆਇਆ। ਫਿਰ ਕਹਿੰਦੇ ਨੇ ਤੀਰਥ ਨਹਾਏ ਅਰ ਧਰਨੀ ਪਰਮਤਾ। ਹੁਣ ਤੂੰ ਸੋਚਿਓ ਇਹ ਕੰਮ ਸਾਰੇ ਅਸੀਂ ਕਰ ਨਹੀਂ ਰਹੇ, ਵਰਤ ਵੀ ਰੱਖ ਰਹੇ ਹਾਂ, ਤੀਰਥਾਂ 'ਤੇ ਵੀ ਜਾ ਰਹੇ ਹਾਂ। ਅਤੇ ਜਿਹੜਾ ਗਰੀਬ ਆਦਮੀ ਤੀਰਥਾਂ 'ਤੇ ਜਾਣ ਜੋਗਾ ਨਹੀਂ, ਆ ਬੜੇ ਬੜੇ ਯਾਤਰਾ ਚੱਲਦੀਆਂ ਨੇ, ਉੱਥੇ ਵੀ ਉਹ ਹੀ ਜਾ ਸਕਦਾ ਜਿਹਦੇ ਕੋਲ ਚਾਰ ਪੈਸੇ, ਜਿਹਦਾ ਕਾਰੋਬਾਰ ਮਗਰ ਚੱਲਦਾ। ਇਹ ਸਾਰਾ ਕੁਝ ਮਾਇਆ ਨਾਲ ਹੈ। ਗੁਰੂ ਬਾਣੀ ਵਿੱਚ ਕਹਿੰਦੇ ਨੇ ਤੀਰਥ ਨਹਾਏ, ਜੇ ਭਲਾ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ। ਗੁਰਬਾਣੀ ਅੰਦਰ ਇੱਕ ਨਹੀਂ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਮਿਲੇ ਜੇ ਤੀਰਥ ਨਹਾਤਿਆਂ, ਭਾਈ ਗੁਰਦਾਸ ਜੀ ਨੇ ਆਖਿਆ ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਚੱਲ ਵਾਸੀ। ਜੇ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਮਿਲਦਾ ਹੋਵੇ, ਉੱਥੇ ਡੱਡਾਂ ਮਛਲੀਆਂ ਵੀ ਬੜੀਆਂ ਉਸ ਤਲਾਵਾਂ ਵਿੱਚ ਅਤੇ ਉਹਨਾਂ ਦਰਿਆਵਾਂ ਵਿੱਚ ਫਿਰ ਰਹੀਆਂ ਨੇ, ਉਹ ਕਿਉਂ ਨਹੀਂ ਮੁਕਤ ਹੋ ਗਈਆਂ? ਫੈਸਲੇ ਬਾਣੀ ਦੇ ਨੇ। ਮਿਲੇ ਜੇ ਤੀਰਥ ਨਹਾਤੇ ਆ ਡੱਡਾਂ ਜਲਵਾਸੀ। ਇਸ ਲਈ ਗੁਰੂ ਨਾਨਕ ਨੇ ਬਾਣੀ ਵਿੱਚ ਵੀ ਇਹੋ ਗੱਲ ਸੁਧਾਰ ਸਮਝਾਈ ਅਤੇ ਕਹਿਣ ਲੱਗੇ ਤੀਰਥ ਨਹਾਏ ਅਰ ਧਰਨੀ ਪਰਮਤਾ। ਘਰ ਬਾਰ ਛੱਡ ਦਿੱਤਾ, ਬਾਹਰ ਫਿਰ ਰਿਹਾ, ਵੈਰਾਗੀ ਹੋ ਗਿਆ, ਉਦਾਸੀ ਹੋ ਗਿਆ,
तीर्थ नाए अर धरनी परमता आगे ठौर ना पावै उत्थे उन्हें टिकाणा नहीं मिलना उन्हें उनका ग्राही नहीं बन सकना क्योंकि मसला तो जो कमावे सो पार ग्रामीण दा कह लगे उन्हें अगे ठौर ना पावे उन्हें टिकाणा उत्थे कोई कारे लाट नहीं होना भी इत्थे तू ही बस रब भी बसे मैंने बड़ी गल याद आई तो गल बड़ी ठुकदी सी कहन लगे संसार अंदर साधू ने बाणी विच भी आख दिता कहन लगे मैं देखदा कि पंखी चंगे ने मेरे नालों पंखी चंगे ने जेडे एक छोटा जिहा आलना बना के बैठे ने ते से कदे एक पंखिया ने मीटिंग नहीं की भी आप एक रब का पंख आल नवी बना लीए रब आल नवी आ जाओ आपने आल ने बनाने एक रब का मनुख ने आख्या मैंने घर अपने बनाए ने रब का गुरद्वारा भी बना लीए रब तेरे नाल नहीं रह सकता उनका घर वखरा बना कहते वक्रा घर है वो बड़ी बड़ी खूबसूरत गल होने आ गई कहने लगे वक्रा घर उस बनाई दा जिंदे नाल बन ना आती हो जिंदे नाल बनती होनू तो कहता तू मेरे नाल ही रह अगे परिवार इकट्ठे रेंदे सन कहते ने पंखी जड़े ने वो नहीं आखते भी अन्ने आल ने असी अपने बनाए ने एक रब का आल नम भी बना लीए वो कहने नहीं जिथे मैं रहना उथे मेरा रब रहेगा पर मनुख अजा इन्हें आख्या नहीं जे जड़ा काम मैं जिथे जड़ा रब नू नहीं चंगा लगता वो काम भी मैं करने ने ते रब ने मैनू करन नहीं देने इसलिए रब दा आलना ही वखरा बना देना जो मैं गुरुद्वारे जावगा उदो शराब नहीं पियागा जिस दिन सच बोलना होगा उस दिन गुरुद्वारे चला जावांगा तो दुनिया नूं आखांगा आओ भी गुरुद्वारे आके कह दिओ बोल दिओ इहदा मतलब मनुख सच बोलना समझदा भी गुरुद्वारे नूं चंगा लगदा है पर अपने घर नूं सच नाल नहीं जोड़ना चाहता इसलिए इन्हें रब दा घर वखरा बना दिता है तो गुरु ने भी वो गल आखी कहिंदे ने मैं देखदा की हाँ कि मनुख ने कुछ तीर्थ अस्थान निश्चित कर लेने बिखोरे इत्थे रब वसदा है उत्थे जाण लई उता बला है ये अपने अंदर तीर्थ नहीं बना लिया सतगुरु तो आप रोज पढ़ रहे हैं एक पास तीर्थ नावा जो तिस भावा बिन भाने के नाए करी की फायदा हूँ आप गिरवा विच गुरु ने सारे भरम मिटाए ने धर्म भरम नहीं जिन्नी देर धर्म विच भरम ने उन्नी देर धर्म नहीं बन सकता पर असी चौगिरदे एक दूजे दे वेखा विखाई वो सारे भरम अपने अंदर एक धर्म के रूप विच लै लैने ते गुरु अज इस शब्द राही सारे भरम अपनी रसना तो लखेड़ रहे ने तीर्थ नाए अर धर्मनी परमता आगे ठौर ना पावे उथे उन्हें टिकाणा नहीं मिलना आगे ठौर ना पावे ऊह काम ना आवे बिद ए लोगन ही पति आवे उथे ए तेरी कीमत नहीं चलनी भी मैं भी कोई प्लाट वाला इराद कर लवा अपने जोगा कोई मकान बना लवा ये लोग नहीं पता ये लोग ही तेरे ते खुश हो सकते ने ये शोभा तेनू लोगों विच ही मिल सकती है उथे नहीं मिल सकती ऊह काम ना आवे बिद ये लोग नहीं पति आवे लोगों नू खुश करन लई तां तू ये सारे काम की हो तू हर साल भी तीर्थां ते जाना मैं वड़े वड़े पुण दान करना मैं वड़े वड़े लंगर चलाना गुरु कहिंदे ने इस गल नाल लोग खुश हो सकदे ने तो क्योंकि तू शोभा लैण लई सब कुछ कर रहे हैं
इन्दे पिछे हों खड़ी है, उहां ठौर ना पावे, उहां काम ना आवे बिद ए लोगन ही पति आवे। कहन लगे अगले पासे चतर बेद मुख बचनी उचरे, हर चीज़ दा जवाब गुरु ने इस शब्द विच दे देता है। इस शब्द नू केवल इस शब्द दियां चार पदां नू जे कदी मनुख जीवन दा हिस्सा बना ले, जीवन भी सिखाला हो जाए, अगले रस्ते भी खुल जान। गुरु कहिंदे ने चतर वेद मुख बचनी उचरै, जे कदी मुँहों तू चारे वेद पढ़ लवे तो फायदा की, क्योंकि तू बुझिया तो कुछ भी नहीं, पढ़िया है बुझिया नहीं। ते गुरु कहिंदे ने पढ़िया ना ही भेद बुझिया पावना। गुरु कहिंदे ने पर होया कि चतर वेद मुख बचनी, जे तू चारे वेद भी मुँह जबानी याद कर लवे तो पढ़न लग पवे। चतर वेद मुख बचनी उचरे, आगे मैल न पावे, तेन उत्थे एंट्री नहीं मिलेगी, उत्थे ग्राही नहीं बन सकेगा। चतर वेद मुख बचनी उचरे, आगे महल न पावे, क्यों? क्योंकि बूझे नाही एक सुदाखर, एक अमृत रूपी अखर जिहड़ा एक है, ओनू तू नहीं जाणिया। जिहड़ा श्री गुरु ग्रंथ साहब का आरंभ है एक, वो एक ही सतनाम है, वो एक ही करता है, वो एक ही पुरख है, वो एक ही निरभाव है, वो एक ही निर्वैर है। पढ़ लो सारा श्री गुरु ग्रंथ साहब अंदर एक एक नू साबित किया गया कि निर्वैर भी एक है, निरभाव भी एक है, नानक निर्भाव निरंकार सच एक, करता भी एक है, करण करण प्रभ एक है, पुरख भी एक है, एका पुरख सबाई नार। सतगुरु ने वक्रे वक्रे रूप विच भी श्री गुरु ग्रंथ साहब दी मूल मंत्र नू स्पष्ट कर दिता है कि ओ एक है। तू उन्हूं तो जाड़िया नहीं, दूजे ना ही एक सुधाकर, ओ सी अमृत जड़ा तेनू मौत तो बचा सकता सी, उस जीवन दे घर विच पहुँचा सकता सी। दूजा एक ना ही एक सुधाकर, होर सगली चक चुकाई है, बाकी तू चखा मारदा रहा है, टाइम जिंदगी दा बर्बाद करदा रहा है, इनू चख मारनी रख देना, जीवन दा समा बर्बाद करदा रहा है, तू सारे जीवन अंदर उस दा ग्रामी नहीं बन सकिया। ते फिर जी की करां, कहन लगे आ सारियां गल्लां समझ लै जिहड़ियां गुरु नानक समझा रहा है, जे तू इन्हां दी कमाई कर लवे, इन्हां दे अनुसार जीवन टाल लें, ते फिर तू पार ग्रामी हो सकना है। आखरी पद अंदर बड़ा स्पष्ट करदे ने, कहंदे ने नानक आखे, नानक आखे बिचारा, नानक आखे एह बिचारा, जो कमावे पार गरमी, जो कमावे सो पार गरमी, नानक आखे एह बिचारा, शब्द द्वारा सारा कर्मकांड खत्म कर देता है।
ਕਰਮ ਕਾਂਡ ਜਿਹੜਾ ਮਨੁੱਖ ਦੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ, ਜਿੰਨੇ ਧਰਮ ਦੇ ਕੱਪੜੇ ਪਾ ਲਏ ਨੇ, ਮਨੁੱਖ ਭਾਵੇਂ ਤੀਰਥਾਂ 'ਤੇ ਜਾ ਰਿਹਾ ਹੈ, ਭਾਵੇਂ ਹਉਮੈ ਵਸ ਦਾਨ ਪੁੰਨ ਕਰ ਰਿਹਾ ਹੈ, ਭਾਵੇਂ ਜੋ ਕੁਝ ਵੀ ਕਰ ਰਿਹਾ ਹੈ, ਉਸ ਦਰਮਿਆਨ ਵਿੱਚ ਖਲੋਤੀ ਦੀਵਾਰ ਦੇ ਓਹਲੇ ਉਹਨੂੰ ਦੀਵਾਰ ਪਾਰ ਨਹੀਂ ਕਰਨ ਦਿੰਦਾ, ਅਤੇ ਜਿੰਨੀ ਦੇਰ ਉਹ ਪਾਰ ਨਹੀਂ ਕਰਦਾ, ਪਾਰਗ੍ਰਾਮੀ ਨਹੀਂ ਹੁੰਦਾ, ਉਸਦਾ ਗ੍ਰਾਹੀ ਨਹੀਂ ਹੋ ਸਕਦਾ, ਉਹਦੇ ਨਾਲ ਰਿਸ਼ਤਾ ਨਹੀਂ ਜੁੜ ਸਕਦਾ, ਉਹਦੇ ਨਾਲ ਸੰਬੰਧ ਨਹੀਂ ਬਣਦਾ, ਕਿਉਂਕਿ ਅਜੇ ਤੱਕ ਉਹ ਪਾਰਗ੍ਰਾਮੀ ਨਹੀਂ ਹੋਇਆ। ਉਹਦੇ ਲਈ ਜ਼ਰੂਰੀ ਹੈ ਕਿ ਗੁਰਸੇਵਾ ਔਰ ਨਾਮ ਦਿਆਵੋ ਤਿਆਗੋ ਮਨੋ ਗੁਮਾਨੀ, ਆਖਰੀ ਲਾਈਨ ਹੈ। ਇਸ ਲਈ ਹੁਣ ਗੁਰੂ ਕੋਲੋਂ ਪੁੱਛੋ ਜੀ ਕੀ ਕਰਾਂ, ਉਹ ਆਖੇਗਾ ਨਾਮ ਦਿਆਵੋ। ਹੁਣ ਆਪਾਂ ਅਗਲੀ ਵਾਰ ਵਿਚਾਰਾਂਗੇ ਨਾਮ ਦਿਆਵੋ ਕੀ ਹੈ, ਕਿਉਂਕਿ ਇਸ ਇੱਕ ਸਬਜੈਕਟ ਵਿੱਚੋਂ ਮੈਨੂੰ ਬੜੇ ਰਸਤੇ ਮਿਲ ਗਏ ਸੋਚਣ ਦੇ, ਬੜੇ ਪੱਖ ਨੇ ਜਿਹੜੇ ਇੱਕ ਸਬਜੈਕਟ ਨਾਲ ਰਿਸ਼ਤਾ ਰੱਖਦੇ ਨੇ, ਸੰਬੰਧ ਰੱਖਦੇ ਨੇ। ਸੋ ਗੁਰੂ ਬਖਸ਼ਿਸ਼ ਕਰੇ, ਜਿਉਂ ਜਿਉਂ ਬਾਣੀ ਸਮਝੀਏ, ਨਾਲ ਸਮਝੀਏ ਅਤੇ ਨਾਲ ਕਮਾਈਏ, ਜੀਵਨ ਦਾ ਹਿੱਸਾ ਬਣਾਈਏ, ਫਿਰ ਪਾਰਗ੍ਰਾਮੀ ਹੋ ਸਕਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।